ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦੇ ਸਮਾਗਮ ਪਹਿਲਾਂ ਇਸ ਵੇਲੇ ਅਸੀਂ ਰਾਤ ਦੇ ਹੀ ਲੁਧਿਆਣੇ ਰੁਕ ਗਏ ਸੀ। ਇੱਥੇ ਸਨੀ ਜੀ ਹੈਗੇ ਨੇ, ਉਹਨਾਂ ਦੇ ਗ੍ਰਹਿ ਵਿਖੇ, ਅਤੇ ਹੁਣ ਇੱਥੋਂ ਤਿਆਰੀ ਕੀਤੀ ਹੈ ਜੀ ਖੰਨੇ ਸਮਾਗਮ 'ਤੇ ਜਾਣ ਦੀ। ਅਤੇ ਉਸ ਸਮਾਗਮ ਤੋਂ ਬਾਅਦ ਫਿਰ ਦੇਹਰਾਦੂਨ ਤੋਂ ਅੱਗੇ ਥੋੜ੍ਹਾ ਜਿਹਾ ਅੱਗੇ ਹੀ ਉਹ ਜਗ੍ਹਾ ਜਿੱਥੇ ਰਾਤ ਦੇ ਸਮਾਗਮ ਨੇ, ਉਹ ਫਿਰ ਜਾ ਕੇ ਤੁਹਾਨੂੰ ਦੱਸਾਂਗੇ ਕਿਹੜਾ ਪਿੰਡ ਹੈ। ਅਤੇ ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ ਜੀ। ਅੱਜ ਦਾ ਇਹ ਸਫ਼ਰ ਆਪਾਂ ਚੜ੍ਹਦੀ ਕਲਾ ਨਾਲ ਇਸੇ ਤਰ੍ਹਾਂ ਪੂਰਾ ਕਰਾਂਗੇ ਜੀ। ਬੈਠੇ ਹਾਂ ਜੀ ਇਸ ਵੇਲੇ, ਅਤੇ ਫਰੂਟ ਦੀ ਦੁਕਾਨ ਹੈ, ਅਤੇ ਬਹੁਤ ਹਰ ਤਰ੍ਹਾਂ ਦਾ ਇਹਨਾਂ ਕੋਲ ਇਸ ਵੇਲੇ ਫਰੂਟ ਹੈਗਾ ਜੀ। ਅਤੇ ਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਣ ਜੀ। ਫਿਰ
ਦੇ ਕੋਲ ਹੈ ਜੀ, ਅਤੇ ਹੁਣ ਸਮਾਂ ਕਾਫੀ ਹੋ ਗਿਆ ਕਿਉਂਕਿ ਅੱਜ ਜਿਵੇਂ ਆਪ ਜੀ ਨੂੰ ਪਤਾ ਕਿ ਦੇਹਰਾਦੂਨ ਜਾ ਰਹੇ ਹਾਂ ਅਤੇ ਇੱਥੇ ਥੋੜ੍ਹਾ ਜਿਹਾ ਜਲ ਪਾਣੀ ਲੈ ਲਈਏ ਪ੍ਰਸ਼ਾਦਾ ਅਤੇ ਫਿਰ ਅੱਗੇ ਚੱਲਦੇ ਹਾਂ। ਦੇਹਰਾਦੂਨ ਤੋਂ ਅੱਗੇ ਜਾਣਾ ਆਪਾਂ, ਕਿਹੜਾ ਪਿੰਡ ਦਾ ਸ਼ਹਿਰ ਦਾ ਨਾਮ ਫਿਰ ਚਲੋ ਤੁਹਾਨੂੰ ਇਸ਼ਤਿਹਾਰ ਪਾ ਦਾਂਗੇ ਸੰਗਤ ਜੀ ਵਿੱਚ, ਅਤੇ ਉਹਦੇ ਵਿੱਚ ਹੀ ਦਿਖਾ ਦਾਂਗੇ ਤੁਹਾਨੂੰ ਕਿ ਕਿਹੜਾ ਪਿੰਡ ਦਾ ਨਾਂ ਸੀ। ਅਤੇ ਜੇ ਹੁਣ ਪੜ੍ਹ ਕੇ ਤਾਂ ਦੁਬਾਰਾ ਅਗਲੀ ਵਾਰੀ ਜਦੋਂ ਤੁਹਾਡੇ ਨਾਲ ਗੱਲ ਕਰਾਂਗੇ ਤਾਂ ਇਹ ਵੀ ਦੱਸ ਦਾਂਗੇ ਕਿ ਪਿੰਡ ਦਾ ਨਾਂ ਕੀ ਸੀ। ਅਤੇ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਅਸੀਂ ਕਿ ਹੁਣ ਸਾਡੀ ਹਰਿਮੰਦਰ ਸਾਹਿਬ ਜਿਹੜੀ ਸੋਧਰ ਦੀ ਚੌਂਕੀ ਆ ਉਹ ਮੇਰੇ ਖਿਆਲ 26 ਤਰੀਕ ਦੀ ਸ਼ਾਮ 26 ਤਰੀਕ ਸ਼ਾਮ ਨੂੰ ਸੋਧਰ ਦੀ ਚੌਂਕੀ ਹਰਿਮੰਦਰ ਸਾਹਿਬ। ਹਾਂਜੀ ਅੱਗੇ ਲੰਗਰ ਛੱਡ ਗਿਆ ਮੈਨੂੰ ਪਤਾ ਨਹੀਂ। ਲਓ ਜੀ ਆਪਾਂ ਜਮੁਨਾ ਨਗਰ ਦੇ ਕੋਲੋਂ ਢਾਬੇ ਦਾ ਨਾਂ ਸੀਗਾ ਸੰਗਮ, ਅਤੇ ਉੱਥੋਂ ਆਪਾਂ ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਅਤੇ ਹੁਣ ਨਿਕਲੇ। ਦੁਪਹਿਰ ਦਾ ਵੀ ਕਾਹਦਾ, ਸ਼ਾਮ ਹੀ ਹੋ ਗਈ ਜੀ ਹੁਣ। ਲਓ ਜੀ ਇਹਨਾਂ ਨੇ ਤੁਹਾਨੂੰ ਦੱਸਤਾ, ਅਤੇ ਹੁਣ ਆਪਾਂ ਤਕਰੀਬਨ ਹੁਣ ਤਾਂ ਉੱਥੇ ਜਾ ਕੇ ਰੁਕਾਂਗੇ ਜਿਸ ਹਿਸਾਬ ਨਾਲ ਟਾਈਮ ਹੋ ਗਿਆ ਕੀਰਤਨ ਦਾ ਹੁਣ, ਅਤੇ ਲੋਕੇਸ਼ਨ ਸੈੱਟ ਕੀਤੀ ਆ ਗੁਰਪ੍ਰੀਤ ਸਿੰਘ ਹੋਣਾਂ ਨੇ। ਕਿੰਨੀ ਦਿਖਾ ਰਹੀ ਹੈ ਕਿ 7:30 ਦਿਖਾ ਰਹੀ ਆ, ਅਤੇ ਉਸ ਹਿਸਾਬ ਨਾਲ ਆਪਾਂ ਤਕਰੀਬਨ ਪਹੁੰਚ ਹੀ ਜਾਵਾਂਗੇ। 7:15 ਵਜੇ ਤੱਕ ਟਾਈਮ ਕਵਰ ਕਰ ਲਵਾਂਗੇ ਕਿਉਂਕਿ ਰੋਡ ਬਹੁਤ ਵਧੀਆ ਬਣਿਆ ਹੈ ਜੀ। ਜਿੰਨੇ ਵੀ ਜਾਣਾ ਹੋਵੇ ਇਸ ਰੋਡ ਤੋਂ ਜਾਇਆ ਕਰੋ, ਵਾਇਆ ਅੰਬਾਲਾ ਹੋ ਕੇ ਜਮੁਨਾ ਨਗਰ, ਸਹਾਰਨਪੁਰ, ਦੇਹਰਾਦੂਨ, ਅਤੇ ਜੇ ਹੋਰ ਠੰਡੀ ਜਗ੍ਹਾ ਜਾਣਾ ਤੁਸੀਂ ਜਾਣਾ ਚਾਹੁੰਦੇ ਹੋ ਮਨਸੂਰੀ ਜਾਓ, ਉੱਥੇ ਬਹੁਤ ਠੰਡੀ ਜਗ੍ਹਾ, ਬਹੁਤ ਠੰਡੀ, 30 ਕਿਲੋਮੀਟਰ। ਅੱਛਾ ਨਹੀਂ ਨਹੀਂ ਯਾਰ ਠੰਡੀ ਆ ਉੱਥੇ, ਠੰਡੀ ਆ ਅਤੇ ਪਰ ਜਗ੍ਹਾ ਬੜੀ ਛੋਟੀ ਆ, ਹੈ ਬੱਦਲਾਂ ਦੇ ਵਿੱਚ ਆ ਅਤੇ ਬਹੁਤ ਸੋਹਣੀ ਜਗ੍ਹਾ। ਜਦੋਂ ਵੀ ਕਿਤੇ ਆਓ ਆਪਣੇ ਬੱਚਿਆਂ ਨਾਲ ਦੇਹਰਾਦੂਨ ਤੋਂ ਅੱਗੇ ਸਤਸੰਗ ਜ਼ਰੂਰ ਅੱਗੇ ਜਾ ਕੇ ਆਓ, ਅਤੇ ਨਾਲ ਨਾਲ ਗੱਲਬਾਤ ਕਰਦੇ ਰਹਾਂਗੇ। ਹੁਣ ਆਪਾਂ ਤਕਰੀਬਨ ਫਿਰ ਅਗਲੇ ਪੜਾਅ ਜਿੱਥੇ ਵੀ ਮੁਸ਼ਕਲ ਹੀ ਆ ਕਰਨਾ ਲੱਗਦਾ ਉੱਥੇ ਜਾ ਕੇ ਕਰਾਂਗੇ ਜਿੱਥੇ ਰੁਕਾਂਗੇ, ਅਤੇ ਨਾਲ ਮਿਲਾਂਗੇ ਫਿਰ ਉੱਥੇ ਜੀ, ਕੀਰਤਨ ਆਪ ਜੀ ਨੂੰ ਸਰਵਣ ਕਰਾਵਾਂਗੇ। ਇੱਥੇ ਅੱਜ ਕੀਰਤਨ ਸਮਾਗਮ ਸੀ,
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜੇ ਮਨਾ ਰਹੇ ਸਾਧ ਸੰਗਤ ਸ਼੍ਰੋਮਣੀ ਕੀਰਤਨ ਸਮਾਗਮਾਂ ਤੋਂ ਬਾਅਦ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਇਸ ਵੇਲੇ ਪਹੁੰਚੇ ਹਾਂ ਜੀ। ਇੱਥੇ ਉਹਨਾਂ ਦੀ ਪ੍ਰਸ਼ਾਦੇ ਦੀ ਸੇਵਾ ਹੈ ਅਤੇ ਮੈਂ ਕਿਹਾ ਥਾ ਗੁਲਾਬ ਦੀ ਆਪਾਂ ਅਜੇ ਸਮਾਪਤੀ ਥੋੜ੍ਹੀ ਦੇਰ ਬਾਅਦ ਕਰਾਂਗੇ। ਹਾਂਜੀ ਅਤੇ ਆਪਾਂ ਹੁਣ ਇੱਥੇ ਪਹੁੰਚੇ ਹਾਂ ਜੀ ਅਤੇ ਫਿਰ ਮਿਲਦੇ ਹਾਂ ਥੋੜ੍ਹੀ ਦੇਰ ਵਿੱਚ। ਇਸ ਵੇਲੇ ਹੁਣ ਬਿਲਕੁਲ ਲੰਗਰ ਪ੍ਰਸ਼ਾਦਾ ਤਿਆਰ ਹੈ, ਛੱਡ ਕੇ ਫਿਰ ਆਪਾਂ ਇੱਥੋਂ ਅੰਮ੍ਰਿਤਸਰ ਵਾਸਤੇ ਚੱਲਾਂਗੇ। ਬਸ ਅੰਮ੍ਰਿਤਸਰ ਨੂੰ ਚਾਰਲੇ ਮਾਰ ਦਿੱਤੇ ਨੇ ਜੀ ਅਤੇ ਹੁਣ ਬਸ ਦੇਹਰਾਦੂਨ ਕ੍ਰਾਸ ਕਰ ਰਹੇ ਹਾਂ ਇਸ ਵੇਲੇ ਅਤੇ ਹੁਣ ਆਪਾਂ ਬਲੌਕ ਦੀ ਸਮਾਪਤੀ ਕਰੀਏ ਅਤੇ ਫਿਰ ਨਵੇਂ ਬਲੌਕ ਨਾਲ ਮਿਲਦੇ ਹਾਂ ਅਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।